सब्सक्राइब करें न्यूज 89 चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद। आज राजपुरा में पेरेंट्स एसोसिएशन की ओर से स्कूलों में पढ़ने वाले बच्चों को सस्ते दामों पर किताबें मुहैया करवाने के मतलब से यहां के श्री गुरुद्वारा सिंह सभा के नजदीक पेरेंट्स एसोसिएशन बुक डिपो की शुरुआत की गई। इस किताबों की दुकान की शुरुआत करने विशेष तौर पर राजपुरा पहुंचे लुधियाना से विधायक सरदार सिमरनजीत सिंह बैंस ने दुकान में रिबन काट कर इसकी शुरुआत की। राजपुरा पहुंचने पर जहां पेरेंट्स एसोसिएशन के अहदेदारों ने सरदार सिमरनजीत सिंह बैंस का फूल मालाओं से स्वागत किया, वहीं सरदार सिमरनजीत सिंह बैंस ने पेरेंट्स एसोसिएशन द्वारा किए गए इस कार्य की प्रशंसा करते हुए क्या कहा, आइए आपको सुनाते हैं। ਜਿੱਥੇ ਕਰਾਮਾਂ ਦੇ ਇਸ ਤਰ੍ਹਾਂ ਦਾ ਪ੍ਰਾਣਾ ਕੀ ਇਸ ਉਪਰਾਲੇ ਲਈ ਜੀ ਮੈਂ ਇਹ ਕਹਾਂ ਇਹਨਾਂ ਨੂੰ ਵਧਾਈਆਂ ਜੀ ਇਹਨਾਂ ਦਾ ਧੰਨਵਾਦ ਕਰਾਂ ਦੇ ਬੜੇ ਛੋਟੇ ਲਫ਼ਜ਼ ਬਹੁਤ ਵੱਡਾ ਇਨੀਸ਼ੀਏਟਿਵ ਲਿਆ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਨੇ ਸੋ ਮੈਂ ਲੁਧਿਆਣਾ ਦਾ ਜ਼ਰੂਰ ਇਨਸ਼ੋਰ ਕਰੂੰਗਾ ਇਕੱਲਾ ਆਪਣਾ ਹਲਕਾ ਨਹੀਂ ਲੁਧਿਆਣੇ ਦੇ ਅੰਦਰ 6.5 ਹਲਕੇ ਪੈਂਦੇ ਆ ਵਿਧਾਨ ਸਭਾ ਸੋ ਮੈਂ ਲੁਧਿਆਣਾ ਇਨਸ਼ੋਰ ਕਰੂੰ ਚਾਹੇ ਮੈਨੂੰ ਆਪਣੇ ਨਿੱਜੀ ਖਾਤੇ ਦੇ ਵਿੱਚੋਂ ਪੈਸੇ ਉਹਨਾਂ ਨੂੰ ਸਪੋਰਟ ਕਰਨਾ ਪਵੇ ਵਾਪਸ ਲੈ ਲੂੰਗਾ ਉਹਨਾਂ ਨੂੰ ਕਹੂੰਗਾ ਵੀ ਸਾਰੇ ਥੋੜ੍ਹਾ ਥੋੜ੍ਹੇ ਪੈਸੇ ਪਾ ਕੇ ਜਿਹੜਾ ਨੇਕੀ ਦੀ ਦੁਕਾਨ ਹੈਗੀ ਹੈ ਨੇਕੀ ਦੀ ਦੁਕਾਨ ਜਿਹੜਾ ਨੋ ਪ੍ਰੋਫਿਟ ਨੋ ਲਾਸ ਜਿਹੜੀ ਲੂਟ ਮਾਫੀਆ ਹੈਗਾ ਪ੍ਰਾਈਵੇਟ ਸਕੂਲ ਵਾਲਿਆਂ ਦੇ ਮਾਲਕਾਂ ਵੱਲੋਂ ਉਸ ਲੁੱਟ ਨੂੰ ਨਕੇਲ ਪਾਉਣ ਵਾਸਤੇ ਬਹੁਤ ਵੱਡਾ ਉਦਮ ਤੇ ਉਪਰਾਲਾ ਹੈ। ਬੈਂਸ ਸਾਹਿਬ ਕੀ ਤੁਹਾਨੂੰ ਇੱਥੋਂ ਰਾਜਪੁਰੇ ਵੱਲੋਂ ਕੋਈ ਫੋਨ ਵਗੈਰਾ ਵੀ ਗਏ ਸੀਗੇ ਵੀ ਧਮੋਲੀ ਹੋ ਰਹੀ ਜੋ ਪੇਰੈਂਟਸ ਐਸੋਸੀਏਸ਼ਨ ਹੈ ਵੀ ਲੁੱਟ ਮਾਰ ਕਰਦੀ ਹੈ ਜੀ ਤੁਸੀਂ ਨਾ ਜਾਇਓ ਜੀ ਉੱਥੇ ਉਹ ਤਾਂ ਆਪਣੇ ਲੁੱਟ ਦਾ ਬਾਜ਼ਾਰ ਖੋਲ ਰਹੇ ਨੇ ਜੀ ਉਹ ਬਲੈਕਮੇਲ ਕਰਦੇ ਨੇ ਜਦੋਂ ਕੋਈ ਬੰਦਾ ਨਾ ਚੰਗੇ ਰਸਤੇ ਤੁਰਦਾ ਕਿਉਂਕਿ ਦੋਸਤੋ ਇਹ ਸਾਡਾ ਇੱਕ ਦੁਖਾਂਤ ਅਨਫੋਰਚੂਨੇਟਲੀ ਦੁਖਾਂਤ ਹੈ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕਿਸੇ ਵੀ ਫੀਲਡ ਦੇ ਵਿੱਚ ਚਾਹੇ ਉਹ ਰਾਜਨੀਤੀ ਦਾ ਫੀਲਡ ਆ ਉਹ ਸਮਾਜ ਸੇਵਾ ਦਾ ਫੀਲਡ ਆ ਬੜੇ ਘੱਟ ਨੇ ਵੱਡੀ ਗਿਣਤੀ ਬੇਈਮਾਨ ਲੋਕਾਂ ਦੀ ਹੈ ਤੇ ਬੇਈਮਾਨਾਂ ਨੂੰ ਫਿਰ ਹਜ਼ਮ ਨਹੀਂ ਆਉਂਦਾ ਜਦੋਂ ਕੋਈ ਇਮਾਨਦਾਰ ਚੰਗਾ ਕੰਮ ਕਰਨ ਆਉਂਦਾ ਤੇ ਫਿਰ ਉਹ ਕਾਂ ਕਾਂ ਕਰਨ ਲੈਂਦਾ ਕਾਮਾ ਰੌਲੀ ਪਾ ਲੈਂਦੇ ਆ ਕਾਮਾ ਰੌਲੀ ਜ਼ਰੂਰ ਪਾਈ ਵੱਡੀ ਗਿਣਤੀ ਦੇ ਵਿੱਚ ਪਰ ਮੈਨੂੰ ਪਤਾ ਕਿ ਇਹ ਉਹ ਟੀਮ ਆ ਜਿਹੜੀ ਇੱਕ ਸੋਚ ਨਾਲ ਜੁੜੀ ਹੋਈ ਹੈ ਜਿਹੜੀ ਸੰਘਰਸ਼ਸ਼ੀਲ ਰਹੀ ਹੈ ਜਿਹਨੇ ਕਦੇ ਗਰਮੀ ਸਰਦੀ ਦੀ ਪਰਵਾਹ ਨਹੀਂ ਮਾਰੀ ਅਤੇ ਪੇਰੈਂਟਸ ਦੀਆਂ ਹੱਕੀ ਮੰਗਾਂ ਵਾਸਤੇ ਬਹੁਤ ਵੱਡਾ ਸੰਘਰਸ਼ ਲੜਿਆ ਇਹਨਾਂ ਨੇ ਸੋ ਅੱਜ ਜਿਹੜੀ ਇਹ ਦੁਕਾਨਦਾਰੀ ਸਟਾਰਟ ਕੀਤੀ ਹੈ ਵਾਹਿਗੁਰੂ ਕਰੇ ਇਹ ਪੂਰੇ ਪੰਜਾਬ ਦੇ ਵਿੱਚ ਇਹ ਕਨਸੈਪਟ ਚੱਲਿਆ। ਰਾਜਪੁਰਾ ਸੇ ਕੈਮਰਾਮੈਨ ਲਲਿਤ ਕੁਮਾਰ ਕੇ ਸਾਥ ਮੀਡੀਆ ਪਰਸਨ ਸੰਦੀਪ ਚੌਧਰੀ ਦਿਨੇਸ਼ ਸਚਦੇਵਾ ਨਿਊਜ਼ 89। सब्सक्राइब करें न्यूज 89 चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद।